ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਕਪਤਾਨ ਸਿੰਘ, ਤੁਸੀਂ ਵੇਖ ਰਹੇ ਹੋ ਆਵਾਜ਼ੇ ਕੌਮ ਟੀਵੀ। ਆਪ ਜੀ ਨੂੰ ਪਤਾ, ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ। ਔਰ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਜਿੱਥੇ ਜਥੇਬੰਦੀਆਂ ਜਾਂ ਲੋਕ ਆਵਾਜ਼ ਜਿਹੜੀ ਉਠਾ ਰਹੇ ਨੇ, ਰਾਜਨੀਤਿਕ ਲੋਕ ਜਿੱਥੇ ਆਵਾਜ਼ ਉਠਾ ਰਹੇ ਨੇ, ਉੱਥੇ ਜੇ ਆਪਾਂ ਕਹਿ ਲਈਏ ਪੂਰੇ ਵਿਸ਼ਵ ਭਰ ਦੇ ਤੌਰ ਦੇ ਉੱਪਰ ਹੀ, ਜਿਵੇਂ ਕੋਈ ਹਾਲੀਵੁੱਡ ਦੇ ਜਿਹੜੇ ਐਕਟਰ ਨੇ ਜਾਂ ਜਿਵੇਂ ਪੌਪ ਸਟਾਰ, ਅਮੈਰੀਕਾ ਦੀ ਪੌਪ ਸਟਾਰ ਬੀਬੀ ਰਿਹਾਨਾ ਜਿਹੜੀ ਆ, ਉਹਨੇ ਇੱਕ ਟਵੀਟ ਜਿਹੜਾ ਕੀਤਾ, ਉਹਦੇ ਨਾਲ ਭਾਰਤੀ ਮੀਡੀਆ ਅਤੇ ਨਾਲ ਦੀ ਨਾਲ ਜਿਹੜੇ ਬਾਲੀਵੁੱਡ ਦੇ ਕੁਛ ਕਲਾਕਾਰ ਨੇ ਜਿਵੇਂ ਕੰਗਣਾ ਰਣੌਤ ਆ, ਜਾਂ ਇੱਕ ਬੜਾ ਨਾਟਕ ਪ੍ਰਚਲਿਤ ਹੋਇਆ ਸੀਗਾ ਜਿਹਦੇ 'ਚ ਉਹ ਸ਼ਕਤੀਮਾਨ ਵਰਗਿਆਂ ਨੇ ਕਿਰਦਾਰ ਜਿਹੜੇ ਨਿਭਾਏ ਸੀ, ਉਹਨਾਂ ਲੋਕਾਂ ਨੂੰ ਅੱਜ ਬੜੀਆਂ ਧਮੂੜੀਆਂ ਜਿਹੜੀਆਂ ਉਹ ਲੜਦੀਆਂ ਨਜ਼ਰ ਆਈਆਂ ਨੇ ਇੱਕ ਰਿਹਾਨਾ ਬੀਬੀ ਦੇ ਟਵੀਟ ਦਾ ਕਰਕੇ ਹੀ। ਔਰ ਇੱਥੋਂ ਤੱਕ ਜਿਹੜਾ ਭਾਰਤੀ ਮੀਡੀਆ, ਉਹਨੇ ਤਾਂ ਉਸ ਬੀਬੀ ਨੂੰ ਖਾਲਿਸਤਾਨ ਦੇ ਨਾਲ ਵੀ ਜੋੜ ਦਿੱਤਾ ਵੀ ਇਹ ਖਾਲਿਸਤਾਨੀ ਆ, ਜਦਕਿ ਉਹਨੇ ਇੱਕ ਸੰਘਰਸ਼ ਨੂੰ ਵੇਖ ਕੇ ਬਹੁਤ ਵਧੀਆ ਟਵੀਟ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਕੀਤਾ। ਉੱਥੇ ਨਾਲ ਨਾਲ ਜਿਵੇਂ ਝਾਰਖੰਡ ਦੇ ਮੁੱਖ ਮੰਤਰੀ ਆ ਸ਼ਿਬੂ ਸਰੋਨੇ ਦੇ ਸਪੁੱਤਰ ਸਰੋਨੇ, ਜਿਹੜੇ ਉਹਨਾਂ ਦਾ ਗਾਂ ਬੇਟਾ ਜਿਹੜਾ ਹੈ, ਉਸਨੇ ਵੀ ਬੜਾ ਵਧੀਆ ਜਿਹੜਾ ਇੱਕ ਟਵੀਟ ਕੀਤਾ ਹੈ ਵੀ ਕੀ ਤੁਸੀਂ ਆਪਣੇ ਲੋਕਾਂ 'ਤੇ ਕਿੰਨੀਆਂ ਕੁ ਸਰਹੱਦਾਂ ਜਿਹੜੀਆਂ ਉਹ ਬਣਾਉਂਗੇ। ਜਿਵੇਂ ਕਿ ਵੇਖਿਆ ਗਿਆ ਭਾਰਤ ਸਰਕਾਰ ਨੇ ਜਿਹੜੀਆਂ ਨੇ ਉਹ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਦੋਂ ਕਿ ਇਹੋ ਜਿਹੀਆਂ ਜਿਹੜੀਆਂ ਕੰਡਿਆਲੀਆਂ ਤਾਰਾਂ ਸਨ, ਇਹੋ ਜਿਹੀਆਂ ਕੰਕਰੀਟ ਦੀਆਂ ਕੰਧਾਂ ਸਰਕਾਰ ਨੂੰ ਚਾਈਨਾ ਦੇ ਅੱਗੇ ਬਣਾਉਣੀਆਂ ਚਾਹੀਦੀਆਂ, ਜਿਹੜਾ ਕਿੰਨੇ ਕਿਲੋਮੀਟਰ ਦਾ ਭਾਰਤ ਦੀ ਸਰਹੱਦ ਦੇ ਅੰਦਰ ਵੜ ਗਏ ਨੇ। ਤੁਰਕੀ ਵਰਗੇ ਦੇਸ਼ ਮਿਸਾਲਾਂ ਜਿਹੜੀਆਂ ਬੀੜ ਕੇ ਖੜ੍ਹੇ ਨੇ ਭਾਰਤ ਵੱਲ ਨੂੰ, ਪਾਕਿਸਤਾਨ ਹਮੇਸ਼ਾ ਲਲਕਾਰਦਾ ਰਹਿੰਦਾ, ਔਰ ਇਹ ਜਿਹੜੇ ਆਪਣੇ ਦੇਸ਼ ਦੇ ਲੋਕ ਨੇ ਉਹਨਾਂ ਦੇ ਗਾੜੀ ਇੱਦਾਂ ਦੀਆਂ ਕੰਧਾਂ ਕਰ ਦੇਣੀਆਂ ਜਿਸ ਦੀ ਕਿ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਅਤੇ ਨਿਖੇਧੀ ਕਰਦੇ ਹਾਂ। ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਪਰ ਇੱਕ ਓਪਨ ਜੇਲ੍ਹ ਵਾਲਾ ਜਿਹੜਾ ਹੈ ਇਹਨਾਂ ਦਾ ਸਿਸਟਮ ਤਿਆਰ ਕੀਤਾ ਜਾ ਰਿਹਾ। ਆਸ ਪਾਸ ਦੇ ਇਲਾਕੇ ਦੇ ਲੋਕਾਂ ਦੇ ਘਰਾਂ ਅੱਗੇ ਖਾਈਆਂ ਪੁੱਟੀਆਂ ਜਾ ਰਹੀਆਂ ਵੀ ਉਹ ਇਸ ਅੰਦੋਲਨ ਨੂੰ ਬਦਨਾਮ ਕਰਨ, ਪਰ ਕਿਸਾਨਾਂ ਦਾ ਜਿਹੜਾ ਸ਼ਾਂਤਮਈ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈ ਤਿੰਨ ਕਾਲੇ ਕਾਨੂੰਨ ਖਤਮ ਕਰਾਉਣ ਵਾਸਤੇ। ਉਹਦੇ ਹੱਕ ਦੇ ਵਿੱਚ ਜਿਵੇਂ ਆ ਸੋਸ਼ਲ ਮੀਡੀਆ ਦੇ ਉੱਪਰ ਟਵਿੱਟਰ ਹੈ, ਇੰਸਟਾਗ੍ਰਾਮ ਹੈ, ਜਿਹੜੇ ਨੌਜਵਾਨ ਇਹਨੂੰ ਵਰਤਦੇ ਨੇ, ਇਹਨੂੰ ਯੂਜ਼ ਕਰਦੇ ਨੇ, ਉਹਨਾਂ ਨੂੰ ਬੇਨਤੀ ਆ ਕਿਸਾਨਾਂ ਦੇ ਹੱਕ ਦੀਆਂ ਪੋਸਟਾਂ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਨਾ ਸਮਝੋ ਵੀ ਸਾਡੇ ਇੱਕ ਸ਼ੇਅਰ ਦੇ ਨਾਲ ਕੀ ਬਣੇਗਾ, ਬੜੀ ਦੂਰ ਤੱਕ ਜਿਹੜੀ ਗੱਲ ਚਲੇ ਜਾਂਦੀ ਹੈ, ਦੁਨੀਆਂ ਦੇ ਪੱਧਰ 'ਤੇ ਇਨਸਾਫ ਪ੍ਰਸਤ ਲੋਕਾਂ ਦੇ ਸਾਹਮਣੇ ਗੱਲ ਆਉਂਦੀ ਹੈ ਕਿ ਭਾਰਤ ਦੇ ਜਿਹੜੇ ਅੰਨਦਾਤਾ ਨੇ, ਜਿਹੜੇ ਕਿਸਾਨ ਆ, ਉਹਨਾਂ ਦੇ ਨਾਲ ਕਿਵੇਂ ਹਿਟਲਰ ਸ਼ਾਹੀ ਜਿਹੜੀ ਆ ਮੌਜੂਦਾ ਸਰਕਾਰ ਜਿਹੜੀ ਉਹ ਕਰ ਰਹੀ ਆ। ਇਸ ਕਰਕੇ ਕਿਸਾਨਾਂ ਦੇ ਹੱਕ ਦੀਆਂ ਜਿਹੜੀਆਂ ਵੀ ਪੋਸਟਾਂ ਆਉਂਦੀਆਂ ਉਹਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕੀਤਾ ਜਾਵੇ, ਵੱਧ ਤੋਂ ਵੱਧ ਜਿਹੜਾ ਉਹ ਅੱਗੇ ਪਹੁੰਚਾਇਆ ਜਾਵੇ ਇਹਨਾਂ ਸਾਧਨਾਂ ਦੇ ਰਾਹੀਂ। ਔਰ ਉੱਥੇ ਜਿਹੜਾ ਹੈ ਅਸੀਂ ਉਹਨਾਂ ਲੋਕਾਂ ਨੂੰ ਪਸੰਦ ਲੋਕ ਜਿਹੜੇ ਨੇ, ਜਿਹੜੇ ਕਿਸਾਨਾਂ ਦੇ ਹੱਕ ਵਾਸਤੇ ਖਲੋ ਰਹੇ ਨੇ, ਇਹ ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਜਿਹੜੀਆਂ ਟਵੀਟ ਕਰ ਰਹੀਆਂ, ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਖਲੋਣ ਦਾ। ਉਹਦੇ ਨਾਲ ਨਾਲ ਜਿਵੇਂ ਪੰਜਾਬ ਦੇ ਜਿਹੜੇ ਕਲਾਕਾਰ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ, ਅਜੇ ਕੁਛ ਕਲਾਕਾਰ ਨਹੀਂ ਜਿਹੜੇ ਬੋਲ ਰਹੇ, ਜਾਂ ਉਹ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਫਿਲਮੀ ਸਿਤਾਰੇ ਨੇ ਉਹ ਸਗੋਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਭੁਗਤ ਰਹੇ ਨੇ। ਕਈਆਂ ਨੇ ਤੇ ਆ ਬੀਬੀ ਰਿਹਾਨਾ ਦੇ ਵਿਰੁੱਧ ਦੇ ਵਿੱਚ ਵੀ ਟਵੀਟ ਕੀਤੇ ਨੇ, ਉਹਦੇ ਵਾਸਤੇ ਉਹਦੇ ਇਹਨਾਂ ਲਫ਼ਜ਼ਾਂ ਦੇ ਭੜਾਸ ਉਹਨਾਂ ਨੇ ਕੱਢੀ ਆ। ਉਹਨਾਂ ਲੋਕਾਂ ਨੂੰ ਵੇਖ ਲੈਣਾ ਚਾਹੀਦਾ ਕਿ ਤੁਸੀਂ ਵੀ ਉਸ ਪੰਜਾਬ ਦੀ ਮਿੱਟੀ 'ਚੋਂ ਪੜ ਕੇ ਆਏ, ਜੇ ਛੋਟੇ ਹੁੰਦਿਆਂ ਉਸੇ ਹੀ ਅੰਨਦਾਤਾ ਦਾ ਉਹਨਾਂ ਖੇਤਾਂ ਦਾ ਅਨਾਜ ਤੁਸੀਂ ਵੀ ਖਾਧਾ, ਅਤੇ ਅੱਜ ਨਮਕ ਹਰਾਮੀ ਜਿਹੜੇ ਨਾ ਬਣੋ, ਆਸਾਨ ਫਰਮੋਸ ਜਿਹੜੇ ਨਾ ਬਣੋ। ਇਸ ਕਰਕੇ ਕਿਸਾਨਾਂ ਦੇ ਹੱਕ ਦੀ ਜਿਹੜੀ ਆ ਉਹ ਆਵਾਜ਼ ਉਠਾਈ ਜਾ ਸਕੇ। ਉੱਥੇ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜੇ ਦੇਸ਼ ਦਾ ਕਿਸਾਨ ਨਹੀਂ ਚਾਹੁੰਦਾ ਇਹਨਾਂ ਕਾਨੂੰਨਾਂ ਨੂੰ, ਤੇ ਇਹਨਾਂ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਵੇ। ਜਿੱਥੇ MSP ਖਤਮ ਕਰ ਦਿੱਤੀ ਗਈ ਆ, ਜਿੱਥੇ ਜ਼ਮੀਨਾਂ ਅਡਾਨੀ ਅਤੇ ਅੰਬਾਨੀ ਨੇ ਖਰੀਦ ਲਈਆਂ, ਉੱਥੇ ਝਾਰਖੰਡ, ਅੱਜ ਮੈਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੇਖ ਰਿਹਾ ਸੀ, ਜਿਨ੍ਹਾਂ ਲੋਕਾਂ ਨੇ ਜ਼ਮੀਨ ਨਹੀਂ ਵੀ ਵੇਚੀ ਅਤੇ ਉਹਨਾਂ ਦੀਆਂ ਜ਼ਮੀਨਾਂ ਦੂਜੀਆਂ ਜ਼ਮੀਨਾਂ ਦੇ ਵਿਚਕਾਰ ਆ ਗਈਆਂ, ਅਤੇ ਅਡਾਨੀ ਗਰੁੱਪ ਨੇ ਕੰਡਿਆਲੀ ਤਾਰ ਲਾ ਕੇ ਉਹਨਾਂ ਜ਼ਮੀਨਾਂ 'ਤੇ ਵੀ ਕਬਜ਼ਾ ਕਰਦਾ, ਨਾਲ ਉਹਨਾਂ ਨੂੰ ਕਹਿ ਰਹੇ ਤੁਹਾਨੂੰ ਇਸੇ ਜ਼ਮੀਨ 'ਚ ਕੱਢ ਦਿਆਂਗੇ। ਉਹ ਰੋ ਰਹੇ ਲੋਕ ਨੇ ਵੀ ਅਸੀਂ ਜ਼ਮੀਨ ਆਪਣੀ ਨਹੀਂ ਵੇਚਣਾ ਚਾਹੁੰਦੇ, ਪਰ ਸਾਨੂੰ 3-3 ਮਹੀਨੇ ਹੋ ਗਏ ਸਾਡੀ ਜ਼ਮੀਨ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ, ਇੱਦਾਂ ਦਾ ਸਾਡੇ 'ਤੇ ਤਸ਼ੱਦਦ ਹੋਣ ਡਿਆ। ਇਹੋ ਹੀ ਕੰਮ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਉੱਪਰ ਹੋ ਸਕਦਾ, ਜਦੋਂ ਆਪਾਂ ਜਾਂਦੇ ਖੇਤਾਂ 'ਚ ਟਹਿਲਦੇ ਹਾਂ, ਦਾਤਣ ਕਰਦੇ ਹਾਂ, ਜਾਂ ਲੋਕ ਸੈਰ ਕਰਦੇ ਨੇ, ਕਿਸੇ ਵੀ ਕਾਰਜ ਵਾਸਤੇ ਆਪਾਂ ਖੇਤਾਂ ਨੂੰ ਜਾਂਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਖੇਤਾਂ ਦੇ ਕਿਨਾਰੇ ਟਹਿਲਣ ਜੋਗੇ ਨਹੀਂ ਰਹਿ ਜਾਂਗੇ ਜੇ ਅੱਜ ਇਹਨਾਂ ਕਿਸਾਨਾਂ ਦਾ ਸਾਥ ਨਾ ਦਿੱਤਾ।
कानून खत्म कराने वास्ते जे जदोजहद आप ना दिती जिस तरीके दे नाल भी हो सकता वध तों वध किसानां दा साथ दो जां जिहड़े अपने फोनां दे उपर तुसीं आपां वेखदे आ किसानां दे हक दीआं पोस्टां ही वध तों वध जिहड़ा ओह शेयर कर दिया करो। सो धन्नवाद है जिहड़े आवाज़ कौम टीवी नूं देख रहे ने जिहड़े इहदीआं पोस्टां शेयर करदे ने कमेंट करदे ने जरूर अपने कमेंट करके इन्हां पोस्टां नूं वध तों वध शेयर करिया करो। सो मिलदे आ फिर किसी ना किसी टॉपिक दे किसी विषय दे नाल। सो वेखदे रहना आवाज़ कौम टीवी। वाहिगुरू जी का खालसा वाहिगुरू जी की फतेह।